ਸਸੀਗਲ ਦੋਸਤੋ, ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲਿਆਂ ਦੇ ਲਈ ਅਤੇ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਪਹਿਲੀ ਝਲਕ ਦੇਖਣ ਵਾਲਿਆਂ ਦੇ ਲਈ, ਦੇਖਣ ਦੀ ਇੱਛਾ ਰੱਖਣ ਵਾਲਿਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ, ਕਿਉਂਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਲੰਮੇ ਸਮੇਂ ਦੇ ਇੰਤਜ਼ਾਰ ਦੇ ਬਾਅਦ, ਜਿੱਥੇ ਪਹਿਲਾਂ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜੂਨੀਅਰ ਦੀ ਇੱਕ ਫੋਟੋ ਸ਼ੇਅਰ ਕੀਤੀ, ਜਿਸ ਦੇ ਵਿੱਚ ਉਸਨੇ ਸਿਰ 'ਤੇ ਦਸਤਾਰ ਸਜਾਈ ਹੋਈ ਸੀ, ਤਾਂ ਉਸ ਨੇ ਹੱਥ ਦੇ ਵਿੱਚ ਇੱਕ ਛੋਟੀ ਜਿਹੀ ਕਿਤਾਬ ਵੀ ਫੜੀ ਹੋਈ ਸੀ। ਉਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਜੂਨੀਅਰ ਸਿੱਧੂ ਮੂਸੇਵਾਲਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਛੋਟੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇੱਕ ਫੱਟੇ ਉੱਤੇ ਬਿਠਾਇਆ ਹੋਇਆ ਅਤੇ ਮਾਂ ਅਤੇ ਪਿਤਾ ਦੀ ਹਾਜ਼ਰੀ ਦੇ ਵਿੱਚ ਲਾਡਾਂ ਚਾਵਾਂ ਦੇ ਨਾਲ ਇਸ ਛੋਟੇ ਜਿਹੇ ਬੱਚੇ ਨੂੰ ਬਟਨਾ ਲਗਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ, ਜਿਨ੍ਹਾਂ ਨੂੰ ਕਿ ਚੜ੍ਹਦੀ ਉਮਰ ਦੇ ਵਿੱਚ ਹੀ ਜਦੋਂ ਕਿ ਉਹ ਵੱਡੀ ਸਫਲਤਾ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਂ ਚਮਕਾ ਰਹੇ ਸਨ ਅਤੇ ਵੱਡੀ ਇੱਕ ਸਫਲਤਾ ਉਹਨਾਂ ਦੇ ਪੈਰ ਚੁੰਮ ਰਹੀ ਸੀ, ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਭਾਸ਼ਾ ਦੇ ਨਾਲ ਸੰਬੰਧ ਰੱਖਣ ਵਾਲੇ, ਕਿਸੇ ਵੀ ਖਿੱਤੇ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਸਿੱਧੂ ਮੂਸੇਵਾਲੇ ਨੂੰ ਜਾਣਦੇ ਸਨ। ਇੱਥੋਂ ਤੱਕ ਕਿ ਭਾਰਤ ਤੱਕ ਨੂੰ ਲੋਕ ਸਿੱਧੂ ਮੂਸੇਵਾਲੇ ਕਰਕੇ ਜਾਣਦੇ ਸਨ। ਜੇਕਰ ਕਿਸੇ ਨੂੰ ਪੁੱਛਿਆ ਜਾਂਦਾ ਸੀ ਜਾਂ ਦੱਸਿਆ ਜਾਂਦਾ ਸੀ ਇੰਡੀਆ ਤੋਂ ਬਿਲੋਂਗ ਕਰਦੇ ਹਾਂ, ਤਾਂ ਅੱਗੇ ਅਗਲਾ ਕਹਿੰਦਾ ਸੀ ਸਿੱਧੂ ਮੂਸੇਵਾਲਾ। ਇਹ ਇੱਕ ਵੱਡੀ ਅਚੀਵਮੈਂਟ ਸੀ ਸਿੱਧੂ ਮੂਸੇਵਾਲੇ ਦੀ, ਪਰ ਉਹਨਾਂ ਨੂੰ ਚੜ੍ਹਦੀ ਜਵਾਨੀ ਦੇ ਵਿੱਚ ਧੋਖੇ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਲੋਰਿਸ਼ ਬਿਸ਼ਨੋਈ, ਗੋਲਡੀ ਬਰਾੜ ਅਤੇ ਉਹਨਾਂ ਦੇ ਗੁਰਕਿਆਂ ਵੱਲੋਂ। ਪਰ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਕੁਝ ਕੁ ਮਹੀਨੇ ਬਾਅਦ ਉਹਨਾਂ ਦਾ ਵਿਆਹ ਵੀ ਹੋਣਾ ਸੀ ਅਤੇ ਉਹ ਚਾਅ ਲਾਡ ਮਾਂ ਪਿਓ ਦੇ ਦਿਲ ਦੇ ਵਿੱਚ ਹੀ ਰਹਿ ਗਏ ਸਨ। ਪਰ ਉਸ ਤੋਂ ਬਾਅਦ ਲੰਮੇ ਇੰਤਜ਼ਾਰ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਖੁਸ਼ਖਬਰੀ ਦਿੱਤੀ ਸੀ ਕਿ ਉਹਨਾਂ ਦੇ ਘਰ ਇੱਕ ਹੋਰ ਬੱਚਾ ਆਇਆ ਹੈ, ਜੋ ਕਿ IFB ਟੈਕਨੋਲੋਜੀ ਦੇ ਨਾਲ ਉਹਨਾਂ ਵੱਲੋਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕੀਤਾ ਗਿਆ, ਤਾਂ ਦੱਸਿਆ ਗਿਆ ਸੀ ਕਿ ਇਸ ਦਾ ਨਾਮ ਵੀ ਸ਼ੁਭਦੀਪ ਸਿੰਘ ਹੀ ਰੱਖਿਆ ਜਾਵੇਗਾ। ਤਾਂ ਦੱਸ ਦਈਏ ਕਿ ਉਦੋਂ ਤੋਂ ਹੀ ਲੋਕਾਂ ਦੇ ਮਨਾਂ ਦੇ ਵਿੱਚ ਜਿੱਥੇ ਇਸ ਛੋਟੇ ਸਿੱਧੂ ਮੂਸੇਵਾਲੇ ਨੂੰ ਦੇਖਣ ਦੀ ਇੱਕ ਤਾਂਘ ਸੀ, ਉੱਥੇ ਹੀ ਮਾਪਿਆਂ ਦੇ ਮਨਾਂ ਦੇ ਵਿੱਚ ਵੀ ਜਿੱਥੇ ਸਿੱਧੂ ਮੂਸੇਵਾਲੇ ਦੇ ਵਿਆਹ ਦੀ ਇੱਕ ਅਧੂਰੀ ਇੱਛਾ ਪਲਬ ਹੋ ਰਹੀ ਸੀ, ਉੱਥੇ ਹੀ ਹੁਣ ਕਿਹਾ ਜਾ ਰਿਹਾ ਕਿ ਜੋ ਇਹ ਬਟਨ ਲਗਾਇਆ ਜਾ ਰਿਹਾ ਸ਼ਾਇਦ ਉਸ ਹੀ ਇੱਛਾ ਨੂੰ ਪੂਰਾ ਕੀਤਾ ਜਾ ਰਿਹਾ, ਜਾਂ ਫਿਰ ਹੋ ਸਕਦਾ ਕੋਈ ਹੋਰ ਰੀਤੀ ਰਿਵਾਜ਼ ਪੂਰਾ ਕੀਤਾ ਜਾ ਰਿਹਾ ਹੋਵੇ। ਪਰ ਜੋ ਵੀ ਹੋਵੇ, ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲਿਆਂ ਦੇ ਲਈ ਇਹ ਵੀ ਇੱਕ ਦੀਵਾਲੀ ਵਰਗਾ ਹੀ ਹੋ ਗਿਆ, ਕਿਉਂਕਿ ਜਿਵੇਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਇੰਤਜ਼ਾਰ ਉਹਨਾਂ ਦੇ ਚਾਹੁਣ ਵਾਲਿਆਂ ਦੇ ਲਈ ਇੱਕ ਤਿਉਹਾਰ ਦੇ ਵਾਂਗ ਹੁੰਦਾ ਸੀ, ਉਸ ਤਰ੍ਹਾਂ ਇਸ ਛੋਟੇ ਜਿਹੇ ਸਿੱਧੂ ਮੂਸੇਵਾਲੇ ਦੇ ਇਸ ਪਹਿਲੀ ਝਲਕ ਨੂੰ ਦੇਖਣ ਦੇ ਲਈ ਫੈਨਸ ਬੇਤਾਬ ਸਨ। ਸੋ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਇਸ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਵਿੱਚੋਂ ਕੀ ਝਲਕ ਪੈਂਦੀ ਹੈ ਸਿੱਧੂ ਮੂਸੇਵਾਲੇ ਦੀ, ਯੈਸ ਜਾਂ ਨੋ ਦੇ ਵਿੱਚ ਜ਼ਰੂਰ ਕਮੈਂਟ ਕਰਨਾ, ਅਤੇ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਉਹਨਾਂ ਦੇ ਭਰਾ ਉਹਨਾਂ ਦੇ ਭੈਣ ਕਿੱਥੋਂ ਇਹ ਵੀਡੀਓ ਦੇਖ ਰਹੇ ਨੇ ਉਹ ਵੀ ਜ਼ਰੂਰ ਤੁਸੀਂ ਕਮੈਂਟ ਕਰਨਾ। ਸੋ ਇਸ ਖਾਸ ਅਪਡੇਟ ਵਿੱਚ ਇੰਨਾ ਹੀ, ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ, ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ। ਸੋ ਫਿਲਹਾਲ ਸਾਨੂੰ ਦਿਓ ਇਜਾਜ਼ਤ, ਧੰਨਵਾਦ ਜੀ। ਟੋਪੀਆਂ ਟੋਪੀਆਂ ਹੀ ਹੁੰਦੀਆਂ ਪੁੱਤ ਤੇ ਤਾਜ ਤਾਜ ਹੀ ਹੁੰਦਾ, ਘੋਗੀਆਂ ਘੋਗੀਆਂ ਹੀ ਰਹਿੰਦੀਆਂ ਤੇ ਬਾਜ ਬਾਜ ਹੀ ਹੁੰਦਾ।